जर्मनी तो आए परिवार ने गुरुद्वारा साहिब नतमस्तक होके अरदास कीती कि हे सच्चे पातशाह साडी चोली खुशियां दे नाल भर दे, साडे घर बच्चा होवे। अते असीं फिर मन्नत पूरी होण तो बाद शुकराने वजों बुलेट मोटरसाइकल भेट करांगे। ओही होया, जर्मनी तो आए इस परिवार दी मन्नत पूरी हो गई अते शुकराने वजों इन्हां ने गुरुद्वारा साहिब च बुलेट मोटरसाइकल भेंट कीता। इस बाबत जानकारी दिंदे हुए बच्ची दे पिता ने दस्या कि उन्हां दा गुरु साहिब च अथा विश्वास है अते उन्हां नूं ए पता सी कि गुरु साहिब उन्हां दी चोली जरूर भरणगे। ਉਹ ਹਮੇਸ਼ਾ ਇੱਥੇ ਆਉਂਦੇ ਨੇ ਅਤੇ ਨਤਮਸਤਕ ਹੁੰਦੇ ਨੇ ਤੇ ਅੱਜ ਉਹ ਸ਼ੁਕਰਾਨੇ ਵਜੋਂ ਬੁਲਟ ਮੋਟਰਸਾਈਕਲ ਭੇਟ ਕਰਨ ਦੇ ਲਈ ਇੱਥੇ ਪਹੁੰਚੇ ਹੋਏ ਨੇ। ਉਹਨਾਂ ਦੀ ਖੁਸ਼ੀ ਦਾ ਕੋਈ ਵੀ ਟਿਕਾਣਾ ਨਹੀਂ ਹੈ ਕਿਉਂਕਿ ਗੁਰੂ ਸਾਹਿਬ ਨੇ ਉਹਨਾਂ ਦੀ ਝੋਲੀ ਬੱਚੇ ਦੀ ਦਾਤ ਦੇ ਨਾਲ ਭਰੀ ਹੈ। ਕਪੂਰਥਲਾ ਤੋਂ ਇਹ ਪਰਿਵਾਰ ਗੁਰਦੁਆਰਾ ਸਾਹਿਬ ਬੁਲਟ ਮੋਟਰਸਾਈਕਲ ਭੇਟ ਕਰਨ ਦੇ ਲਈ ਪਹੁੰਚਿਆ ਸੀ। ਤੁਹਾਡਾ ਜੀ ਕਿੱਥੋਂ, ਤੁਸੀਂ ਕਿਹੜੀ ਜਗ੍ਹਾ ਤੋਂ ਆਏ ਜੀ? ਮੇਰਾ ਨਾਮ ਦਲਜੀਤ ਸਿੰਘ, ਮੇਰੇ ਫਾਦਰ ਜੀ ਦਾ ਨਾਮ ਸਰਦਾਰ ਗੁਰਪਿੰਦਰ ਸਿੰਘ ਅਤੇ ਅਸੀਂ ਪਿੰਡ ਰਾਬਰ ਰਾਈਆਂ ਤੋਂ, ਜ਼ਿਲ੍ਹਾ ਕਪੂਰਥਲਾ ਤੋਂ ਆਏ ਹਾਂ ਅਤੇ ਇਹ ਸਾਡੀ ਇੱਕ ਸ਼ੁਕਰਾਨੇ ਵਜੋਂ ਅਸੀਂ ਇਹ ਥੋੜ੍ਹਾ ਜਿਹਾ ਵਾਹਿਗੁਰੂ ਵਾਸਤੇ ਲੈ ਕੇ ਆਏ ਹਾਂ। ਪਰਮਾਤਮਾ ਇਹ ਸਾਡੀ ਚੀਜ਼ ਨੂੰ ਅਸੈਪਟ ਕਰੇ ਅਤੇ ਅਸੀਂ ਅੱਗੇ ਵੀ ਹੋਰ ਵੀ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਰਹਾਂਗੇ, ਜਿੱਦਾਂ ਜਿੱਦਾਂ ਸਾਨੂੰ ਵਾਹਿਗੁਰੂ ਦਿੰਦਾ ਰਹੇਗਾ ਵਾਹਿਗੁਰੂ ਦਾ ਧੰਨਵਾਦ ਕਰਦੇ ਰਹਾਂਗੇ। ਕੀ ਮਨ ਵਿੱਚ ਆਇਆ ਕਿ ਮੋਟਰਸਾਈਕਲ ਦਿੱਤਾ ਜਾਵੇ? ਬਸ ਇੱਦਾਂ ਹੀ ਕਿ ਅਸੀਂ ਹਮੇਸ਼ਾ ਹੀ ਮੇਰੇ ਫਾਦਰ ਜੀ ਦੇ ਨਾਲ, ਮੰਮੀ ਜੀ ਦੇ ਨਾਲ ਹਮੇਸ਼ਾ ਹੀ ਇੱਥੇ ਹਰ ਵਾਰੀ, ਕਦੀ ਐਤਵਾਰ ਜਾਂ ਕਦੀ ਸੰਗਰਾਂਦ ਮੱਸਿਆ ਦੇ ਹੀ ਆਉਂਦੇ ਰਹਿੰਦੇ ਹਾਂ ਅਤੇ ਬਸ ਇਹ ਸੁੱਖਣਾ ਹੀ ਕਿ ਵਾਹਿਗੁਰੂ ਸਾਡੀ ਝੋਲੀ ਭਰੇ ਅਤੇ ਅਸੀਂ ਕੋਈ ਜਿੰਨਾ ਕੁਛ ਇਹ ਸ਼ੁਕਰਾਨੇ ਵਜੋਂ ਲੈ ਕੇ ਆਈਏ, ਸਤਿਕਾਰ ਕਰੀਏ ਅਤੇ ਬਸ ਇੱਦਾਂ ਹੀ ਮਨ 'ਚ ਆ ਗਿਆ ਅਤੇ ਇਸ ਕਰਕੇ। ਕਿੰਨਾ ਚਿਰ ਹੋ ਗਿਆ ਸ਼ਾਦੀ ਨੂੰ? ਸ਼ਾਦੀ ਮੇਰੀ 2017 ਚ ਹੋਈ ਸੀ। 7 ਸਾਲ ਹੋ ਗਏ। ਹਾਂਜੀ, ਹੁਣ ਇਹ ਬੱਚੀ ਪੈਦਾ ਹੋਈ ਹੈ। ਹਾਂਜੀ, ਕੀ ਨਾਂ ਰੱਖਿਆ ਜੀ? ਇਹਦਾ ਨਾਂ ਰੱਖਿਆ ਜਪਨੀਤ ਕੌਰ ਸਿੰਘ। ਜਪਨੀਤ ਕੌਰ, ਹਾਂਜੀ। ਇੱਥੇ ਪਹਿਲਾਂ ਸੁੱਖਿਆ ਤੁਸੀਂ ਵੀ ਹੋਏ ਮਹਾਰਾਜ ਦੇ? ਹਾਂਜੀ, ਇੱਥੇ ਅਰਦਾਸ ਕੀਤੀ ਸਾਨੂੰ, ਮਨ ਨੂੰ ਸਕੂਨ ਮਿਲਿਆ ਜੀ। ਹਾਂਜੀ ਹਾਂਜੀ, ਬਹੁਤ 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 ਮਨ ਨੂੰ ਸਕੂਨ ਮਿਲਿਆ। ਹਾਂਜੀ ਮੈਂ ਸਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਾਬਾ ਕਾਲਾ ਸਿੰਘ ਸਾਹਿਬ ਵਿਖੇ ਬੜੇ ਹੀ ਸ਼ਰਧਾਲੂ ਸਰਦਾਰ ਦਲਜੀਤ ਸਿੰਘ ਜੀ ਜੋ ਜਰਮਨ ਤੋਂ ਆਏ ਆ, ਉਹਨਾਂ ਆਪਣੀ ਸੁੱਖਣਾ ਸੁੱਖੀ ਬੱਚੇ ਵਾਸਤੇ ਜੋ ਕਿ ਗੁਰੂ ਪਾਤਸ਼ਾਹ ਨੇ ਉਹਨਾਂ ਦੀ ਪੂਰੀ ਕੀਤੀ ਹੈ ਅਤੇ ਉਹ ਸ਼ਰਧਾ ਵਜੋਂ ਅੱਜ ਬੁਲਟ ਮੋਟਰਸਾਈਕਲ ਦਾਨ ਕਰਕੇ ਗਏ ਆ। ਇੱਥੇ ਜਿਹੜਾ ਵੀ ਕੋਈ ਆਪਣੀ ਸ਼ਰਧਾ ਨਾਲ ਕੋਈ ਵੀ ਸੁੱਖਣਾ ਸੁੱਖਦਾ ਵਾ, ਉਹ ਪਾਤਸ਼ਾਹ ਹਰ ਕਦੀ ਪੂਰੀ ਕਰਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਰਮਨੀ ਤੋਂ ਆਏ ਪਰਿਵਾਰ ਨੇ ਗੁਰਦੁਆਰਾ ਸਾਹਿਬ ਨਤਮਸਤਕ ਹੋ ਕੇ ਅਰਦਾਸ ਕੀਤੀ ਕਿ ਹੇ ਸੱਚੇ ਪਾਤਸ਼ਾਹ ਸਾਡੀ ਝੋਲੀ ਖੁਸ਼ੀਆਂ ਦੇ ਨਾਲ ਭਰ ਦੇ, ਸਾਡੇ ਘਰ ਬੱਚਾ ਹੋਵੇ ਅਤੇ ਅਸੀਂ ਫਿਰ ਮੰਨਤ ਪੂਰੀ ਹੋਣ ਤੋਂ ਬਾਅਦ ਸ਼ੁਕਰਾਨੇ ਵਜੋਂ ਬੁਲਟ ਮੋਟਰਸਾਈਕਲ ਭੇਟ ਕਰਾਂਗੇ। ਉਹੀ ਹੋਇਆ, ਜਰਮਨੀ ਤੋਂ ਆਏ ਇਸ ਪਰਿਵਾਰ ਦੀ ਮੰਨਤ ਪੂਰੀ ਹੋ ਗਈ ਅਤੇ ਸ਼ੁਕਰਾਨੇ ਵਜੋਂ ਇਹਨਾਂ ਨੇ ਗੁਰਦੁਆਰਾ ਸਾਹਿਬ ਚ ਬੁਲਟ ਮੋਟਰਸਾਈਕਲ ਭੇਂਟ ਕੀਤਾ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਬੱਚੀ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਗੁਰੂ ਸਾਹਿਬ ਚ ਅਥਾ ਵਿਸ਼ਵਾਸ ਹੈ ਅਤੇ ਉਹਨਾਂ ਨੂੰ ਇਹ ਪਤਾ ਸੀ ਕਿ ਗੁਰੂ ਸਾਹਿਬ ਉਹਨਾਂ ਦੀ ਝੋਲੀ ਜ਼ਰੂਰ ਭਰਨਗੇ। ਉਹ ਹਮੇਸ਼ਾ ਇੱਥੇ ਆਉਂਦੇ ਨੇ ਅਤੇ ਨਤਮਸਤਕ ਹੁੰਦੇ ਨੇ ਤੇ ਅੱਜ ਉਹ ਸ਼ੁਕਰਾਨੇ ਵਜੋਂ ਬੁਲਟ ਮੋਟਰਸਾਈਕਲ ਭੇਟ ਕਰਨ ਦੇ ਲਈ ਇੱਥੇ ਪਹੁੰਚੇ ਹੋਏ ਨੇ। ਉਹਨਾਂ ਦੀ ਖੁਸ਼ੀ ਦਾ ਕੋਈ ਵੀ ਟਿਕਾਣਾ ਨਹੀਂ ਹੈ ਕਿਉਂਕਿ ਗੁਰੂ ਸਾਹਿਬ ਨੇ ਉਹਨਾਂ ਦੀ ਝੋਲੀ ਬੱਚੇ ਦੀ ਦਾਤ ਦੇ ਨਾਲ ਭਰੀ ਹੈ।
ਕਪੂਰਥਲਾ ਤੋਂ ਇਹ ਪਰਿਵਾਰ ਗੁਰਦੁਆਰਾ ਸਾਹਿਬ ਬੁਲਟ ਮੋਟਰਸਾਈਕਲ ਭੇਟ ਕਰਨ ਦੇ ਲਈ ਪਹੁੰਚਿਆ ਸੀ।